ਸਾਨੂੰ ਉਹਦੇ ਨਾਲ ਮੁਹੱਬਤ ਕਰਨ ਦੀ ਲੋੜ ਹੈ ਤੇ ਉਹਦੀ ਹਮਦੋ ਤਾਰੀਫ ਕਰਨ ਦੀ ਜ਼ਰੂਰਤ ਹੈ ਸਿਰਫ ਇਸ ਲਈ ਨਹੀਂ ਕਿ ਖੁਦਾਵਨ ਖੁਦਾ ਸਾਨੂੰ ਬਰਕਤਾਂ ਦਿੰਦਾ ਰਹੇ ਬਲਕਿ ਉਹ ਖੁਦਾ ਹੈ ਇਸ ਲਈ ਸਾਨੂੰ ਲੋੜ ਹੈ ਕਿ ਉਹਦੀ ਤਾਰੀਫ ਤੇ ਉਹਦੀ ਤਮਜੀਦ ਤੇ ਉਹਦੇ ਨਾਲ ਮੁਹੱਬਤ ਕਰੀਏ ਬਿਆਨ ਕਰਾਂ ਮੈਂ ਆਪਣੇ ਆਪਣਾ ਤਾਰੁਫ ਕਰਾ ਦਾਂ My name is Terry and I come from South Australia. Mera naam Terry hai te main Australia to aaya. God has blessed me so much in my life. Khuda ne meri zindagi ch badi barkatan dittiyan ne. That in return I want to be a blessing to others. Te ohde jawab ch jehdi barkat Khuda ne mainu ditti hai main vi eh chahna ke oh barkatan main dusriyan ch vi vanna. ਇਸ ਲਈ ਅੱਜ ਮੈਂ ਇੱਥੇ ਹਾਂ ਤਾਂ ਕਿ ਖੁਦਾਵੰਦ ਖੁਦਾ ਦੀ ਖੁਸ਼ਖਬਰੀ ਨੂੰ ਤੁਹਾਡੇ ਲੋਕਾਂ ਦੇ ਦਰਮਿਆਨ ਵਿੱਚ ਵੰਡ ਸਕਾਂ ਜਿਹੜਾ ਖੁਦਾਵੰਦ ਸਾਡਾ ਰਾਹ ਹੱਕ ਤੇ ਜ਼ਿੰਦਗੀ ਹੈ ਇਨ ਐਕਟਸ ਪੀਟਰ ਸੈਡ ਟੂ ਥੈਮ ਅਮਾਲ ਦੀ ਕਿਤਾਬ ਦੂਸਰਾ ਬਾਬ ਉਹਦੀ 38ਵੀਂ ਆਇਤ 'ਚ ਲਿਖਿਆ ਹੈ ਤੇ ਪਤਰਸ ਰਸੂਲ ਕੀ ਕਹਿੰਦਾ ਹੈ Repent and let every one of you be baptized. ਤੌਬਾ ਕਰੋ ਤੇ ਤੁਹਾਡੇ ਚੋਂ ਹਰ ਇੱਕ ਆਪਣੇ ਗੁਨਾਹਾਂ ਦੀ ਮਾਫੀ ਲਈ ਬਪਤਿਸਮਾ ਲਵੇ In the name of Jesus Christ. ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ For the remission of sins. ਕਿਉਂ ਤਾਂ ਕਿ ਤੁਹਾਨੂੰ ਗੁਨਾਹਾਂ ਤੋਂ ਮਾਫੀ ਮਿਲ ਸਕੇ And you shall receive the gift of the Holy Spirit. ਤੇ ਤੁਸੀਂ ਇਨਾਮ ਚ ਰੂਹ ਕੁਦਸ ਪਾਓਗੇ For the promises to you and your children. ਤੇ ਇਹ ਵਾਦਾ ਕਿ ਤੁਹਾਨੂੰ ਰੂਹ ਕੁਦਸ ਮਿਲੇਗਾ ਇਹ ਤੁਹਾਡੇ ਨਾਲ ਤੇ ਤੁਹਾਡੀ ਔਲਾਦ ਨਾਲ ਹੈ ਐਂਡ ਟੂ ਆਲ ਹੂ ਆਰ ਫਾਰ ਆਫ ਤੇ ਉਹਨਾਂ ਨਾਲ ਵੀ ਜਿਹੜੇ ਦੂਰੋਂ ਨਜ਼ਦੀਕ ਦੇ ਨੇ ਐਸ ਮੈਨੀ ਐਸ ਦ ਲਾਰਡ ਆਰ ਗੋਡ ਹੈਸ ਕਾਲਡ ਜਿੰਨੇ ਵੀ ਜਿਨ੍ਹਾਂ ਨੂੰ ਖੁਦਾਵੰਦ ਖੁਦਾ ਨੇ ਬੁਲਾਇਆ ਹੈ ਨਾਓ ਟੂ ਮੀ ਦ ਵੈਰੀ ਫੈਕਟ ਦੈਟ ਯੂ ਆਰ ਹੇਅਰ ਇਹ ਹਕੀਕਤ ਕਿ ਅੱਜ ਤੁਸੀਂ ਸਾਰੇ ਇੱਥੇ ਮੌਜੂਦ ਹੋ ਯੂ ਹੈਵ ਬੀਨ ਕਾਲਡ ਆਫ ਗੋਡ ਤੁਸੀਂ ਇਸ ਹਕੀਕਤ ਨੂੰ ਜ਼ਾਹਿਰ ਕਰਦੇ ਹੋ ਇਹ ਸਾਬਤ ਕਰਦੇ ਹੋ ਕਿ ਤੁਹਾਨੂੰ ਖੁਦਾਵੰਦ ਖੁਦਾ ਨੇ ਬੁਲਾਇਆ ਹੈ ਕਿਉਂਕਿ ਖੁਦਾਵੰਦ ਖੁਦਾ ਤੁਹਾਨੂੰ ਐਸੀ ਮੁਹੱਬਤ ਕਰਦਾ ਹੈ ਜਿਹੜੀ ਅਬਦੀ ਮੁਹੱਬਤ ਹੈ And each one of you are important in his eyes. ਤੇ ਤੁਸੀਂ ਸਾਰੇ ਤੁਹਾਡੇ ਚ ਇੱਕ ਇੱਕ ਬੰਦਾ ਖੁਦਾ ਦੀ ਨਜ਼ਰ ਚ ਅਹਿਮ ਹੈ ਖੁਦਾ ਦੀ ਨਜ਼ਰ ਚ ਉਹਦੀ ਕਦਰ ਹੈ From the oldest to the youngest. ਭਾਵੇਂ ਉਹ ਬੁੱਢਾ ਹੈ ਭਾਵੇਂ ਜਵਾਨ ਹੈ ਭਾਵੇਂ ਖਾਤੂਨ ਹੈ ਭਾਵੇਂ ਮਰਦ ਹੈ ਭਾਵੇਂ ਬੱਚਾ ਹੈ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਖੁਦਾਵੰਦ ਖੁਦਾ ਦੀ ਨਜ਼ਰ ਚ ਕਾਬਲੇ ਕਦਰ ਨੇ I could speak for a very long time about this verse. ਮੈਂ ਇਸ ਇੱਕ ਆਇਤ ਤੇ ਬੜੀ ਦੇਰ ਤੱਕ ਕਲਾਮ ਸੁਣਾ ਸਕਣਾ but I'm going to keep it shorter today lekin main aaj inu ek chhota jaha paigham davanga for the sake of time odi wajah hai ki sade ko time sade ko waqt bada ghat hai te is di chhota jaha paigham hoega and my wish to pray for people ek eh vi wajah ki sade ko time ghat hai dusri eh vi ki main chahna kalam chhota hove lekin main tuhade saryan waste zyada der tak dua kar sakan today you will see the holy spirit move ਅੱਜ ਤੁਸੀਂ ਵੇਖੋਗੇ ਖੁਦਾ ਦਾ ਰੂਹ ਇਸ ਜਗ੍ਹਾ ਤੇ ਕੰਮ ਕਰਦਾ ਨਜ਼ਰ ਆਏਗਾ We are told in the Bible ਸਾਨੂੰ ਖੁਦਾ ਦਾ ਕਲਾਮ ਦੱਸਦਾ ਹੈ that signs and wonders shall follow those who believe ਕਿ ਤੁਹਾਡੇ ਵਿੱਚ ਅਜੀਬ ਕੰਮ ਤੇ ਨਿਸ਼ਾਨ ਤੇ ਮੌਜੂਜ਼ਾਤ ਜ਼ਾਹਿਰ ਹੋਣਗੇ The Holy Spirit will verify the word of God ਖੁਦਾ ਦਾ ਪਾਕ ਰੂਹ ਜਿਹਦੇ ਵਸੀਲੇ ਨਾਲ ਖੁਦਾ ਦਾ ਕਲਾਮ ਲਿਖਿਆ ਗਿਆ the holy spirit will confirm oh eh gal di tasdeeq karega rooh qudus tasdeeq karega that jesus is lord ke yesu masih hi sada khuda yesu masih hi khuda vande in the power of his name te ohde naam vich eh qudrat ohdi zahir hoyegi we are told we all need to repent ਸਾਨੂੰ ਖੁਦਾ ਦਾ ਕਲਾਮ ਦੱਸਿਆ ਜਿਵੇਂ ਅੱਜ ਪੜਿਆ ਗਿਆ ਖੁਦਾ ਦਾ ਕਲਾਮ ਦੱਸਦਾ ਕਿ ਸਾਨੂੰ ਸਾਰਿਆਂ ਨੂੰ ਤੌਬਾ ਕਰਨ ਦੀ ਲੋੜ ਹੈ ਐਂਡ ਥਿਸ ਇਜ਼ ਟਰੂ ਤੇ ਇਹ ਸੱਚ ਹੈ ਕਿ ਸਾਨੂੰ ਤੌਬਾ ਕਰਨ ਦੀ ਜ਼ਰੂਰਤ ਹੈ ਫॉर ਵਾਟ ਗੁੱਡ ਪੇਰੈਂਟਸ ਇੱਕ ਜਿਹੜੇ ਚੰਗੇ ਮਾਪਿਓ ਹੁੰਦੇ ਨੇ ਵੁੱਡ ਰਿਵਾਰਡ ਅ ਡਿਸਓਬੀਡੀਐਂਟ ਚਾਈਲਡ ਕੀ ਉਹ ਅਗਰ ਬੱਚਾ ਨਾਫਰਮਾਨੀ ਕਰੇ ਤੇ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ ਵੀ ਆਰ ਟੋਲਡ ਦੈਟ ਦ ਬਿਗਿਨਿੰਗ ਆਫ ਵਿਜ਼ਡਮ ਸਾਨੂੰ ਦੱਸਿਆ ਗਿਆ ਹੈ ਕਿ ਦਨਾਈ ਦਾ ਜਿਹੜਾ ਸ਼ੁਰੂ ਹੋਏ ਹਕਮਤ ਦਾ ਸ਼ੁਰੂ ਹੋਏ ਇਜ਼ ਦ ਫੀਅਰ ਆਫ ਗੋਡ ਉਹ ਖੁਦਾ ਦਾ ਖੌਫ ਹੈ
Nothing is hidden in his eyes. ਖੁਦਾ ਦੇ ਕੋਲੋਂ ਕੁਝ ਵੀ ਲੁਕਿਆ ਨਹੀਂ. We are told that we are all naked before him. ਤੇ ਖੁਦਾ ਦਾ ਕਲਾਮ ਦੱਸਦਾ ਹੈ ਕਿ ਖੁਦਾ ਦੇ ਸਾਹਮਣੇ ਅਸੀਂ ਸਾਰੇ ਬਿਲਕੁਲ ਇੰਜ ਜਿਵੇਂ ਇੱਕ ਸਭ ਕੁਝ ਖੁਦਾ ਦੇ ਸਾਹਮਣੇ ਸਾਡਾ ਸਾਰਾ ਕੁਝ ਖੁੱਲਿਆ ਹੈ. In my walk with God, ਅਸੀਂ ਜਦੋਂ ਖੁਦਾ ਦੇ ਵਿੱਚ ਚੱਲਦੇ ਹਾਂ, I am very conscious and mindful. ਮੈਂ ਅਸੀਂ ਬੜੇ ਮੁਹਤਾਤ ਸਾਨੂੰ ਹੋਣ ਦੀ ਜ਼ਰੂਰਤ ਹੈ. ਤੇ ਉਹ ਦੱਸਦੇ ਨੇ ਕਿ ਮੈਂ ਜਦੋਂ ਖੁਦਾ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਤੇ ਮੈਂ ਬੜਾ ਮੁਹਤਾਤ ਹੋ ਕੇ ਚੱਲਣਾ, ਬੜੇ ਧਿਆਨ ਨਾਲ ਚੱਲਣਾ. That the Lord said he would never leave or forsake us. ਕਿਉਂਕਿ ਖੁਦਾਵੰਦ ਖੁਦਾ ਕਹਿੰਦਾ ਹੈ ਕਿ ਮੈਂ ਕਦੀ ਤੁਹਾਨੂੰ ਛੱਡਾਂਗਾ ਨਹੀਂ, ਕਦੀ ਤੁਹਾਡੇ ਤੋਂ ਮੂੰਹ ਨਹੀਂ ਮੋੜਾਂਗਾ. Everything I do, he is a witness to. ਤੇ ਜੋ ਕੁਝ ਵੀ ਮੈਂ ਕਰਨਾ ਉਹ ਉਹਦੀ ਗਵਾਹੀ ਦੇ ਲਈ ਹੁੰਦਾ ਹੈ. Everything I say, he is a witness to. ਮੈਂ ਜੋ ਕੁਝ ਵੀ ਕਵਾਂ ਉਹਦੀ ਗਵਾਹੀ ਵਾਸਤੇ ਕਵਾਂ. And I'm very mindful of this. ਤੇ ਇਸ ਲਈ ਮੈਂ ਇਹ ਸਾਰੀਆਂ ਗੱਲਾਂ ਦਾ ਬੜਾ ਧਿਆਨ ਰੱਖਣਾ. But the good news is, ਲੇਕਿਨ ਖੁਸ਼ਖਬਰੀ ਕੀ ਹੈ that we have the victory through our Lord Jesus Christ. ਕਿ ਸਾਨੂੰ ਯਿਸੂ ਮਸੀਹ 'ਚ ਫਤਿਹ ਹਾਸਲ ਹੁੰਦੀ ਹੈ, ਸਾਨੂੰ ਯਿਸੂ ਮਸੀਹ 'ਚ ਫਤਿਹ ਨਸੀਬ ਹੁੰਦੀ ਹੈ. That loved us and gave himself. ਤੇ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਪਿਆਰ ਕੀਤਾ, ਉਹਨੇ ਸਾਡੇ ਨਾਲ ਮੁਹੱਬਤ ਕੀਤੀ ਤੇ ਸਾਨੂੰ ਬਚਾਇਆ. That we can have repentance. ਔਰ ਇਸ ਲਈ ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ ਕਿ ਅਸੀਂ ਤੌਬਾ ਕਰੀਏ. Forgiveness of sin. ਤੇ ਆਪਣੇ ਗੁਨਾਹਾਂ ਦੀ ਮਾਫੀ ਹਾਸਲ ਕਰੀਏ. The second part of that verse is baptism. ਇਸ ਆਇਤ ਦਾ ਦੂਸਰਾ ਹਿੱਸਾ, ਯਾਨੀ ਪਹਿਲਾ ਹਿੱਸਾ ਹੈ ਗੁਨਾਹਾਂ ਦੀ ਮਾਫੀ ਤੇ ਤੌਬਾ, ਤੇ ਦੂਸਰਾ ਹਿੱਸਾ ਕੀ ਹੈ, ਬਪਤਿਸਮਾ ਲਈਏ. It signifies, makes significant. ਅਗਰ ਬਪਤਿਸਮਾ ਲੈਣਾ ਇਹਦੀ ਅਹਿਮੀਅਤ ਕੀ ਹੈ, ਇਹਦੀ ਅਹਿਮੀਅਤ ਇਹ ਹੈ our obedience and love for the Lord. ਕਿ ਅਸੀਂ ਖੁਦਾਵੰਦ ਖੁਦਾ ਲਈ ਅਸੀਂ ਉਹਦੇ ਤਾਬੇਦਾਰ ਹਾਂ. ਬਪਤਿਸਮੇ ਦੇ ਵਸੀਲੇ ਅਸੀਂ ਇਹ ਜ਼ਾਹਿਰ ਕਰਨੇ ਹਾਂ ਕਿ ਖੁਦਾਵੰਦ ਅਸੀਂ ਤੇਰੇ ਤਾਬੇਦਾਰ ਹੁੰਦੇ ਹਾਂ. Going into the water represents ਪਾਣੀ 'ਚ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਤੇ ਥੱਲੇ ਪਾਣੀ 'ਚ ਜਦੋਂ ਡੁਬਕੀ ਲਾਈ ਦੀਏ, dying with Christ. ਪਾਣੀ 'ਚ ਗੋਤਾ ਲੈਣਾ ਇਹਦਾ ਮਤਲਬ ਹੈ ਕਿ ਅਸੀਂ ਖੁਦਾਵੰਦ ਯਿਸੂ ਮਸੀਹ ਜਿਵੇਂ ਕਬਰ 'ਚ ਉਤਰ ਗਿਆ ਉਹਦੇ ਨਾਲ ਅਸੀਂ ਵੀ ਉਹਦੀ ਮੌਤ 'ਚ ਸ਼ਾਮਲ ਹੁੰਦੇ ਹਾਂ. Then being resurrected into new life. ਤੇ ਜਦੋਂ ਪਾਣੀ 'ਚ ਬਾਹਰ ਨਿਕਲਨੇ ਆ ਇਹ ਜ਼ਾਹਿਰ ਕਰਦਾ ਹੈ ਕਿ ਜਿਵੇਂ ਯਿਸੂ ਮਸੀਹ ਜ਼ਿੰਦਾ ਹੋਇਆ ਅਸੀਂ ਵੀ ਬਪਤਿਸਮੇ ਦੇ ਨਾਲ ਉਹਦੇ ਵਿੱਚ ਸ਼ਾਮਿਲ ਹੋ ਕੇ ਜ਼ਿੰਦਾ ਹੁੰਦੇ ਹਾਂ. ਨਵੇਂ ਸਿਰੇ ਤੋਂ ਪੈਦਾ ਹੋਣਾ ਜਾਂ ਬਪਤਿਸਮਾ ਲੈਣਾ, ਅਸੀਂ ਖੁਦਾਵੰਦ ਯਿਸੂ ਮਸੀਹ 'ਚ ਇੱਕ ਨਵੀਂ ਮਖਲੂਕ ਬਣ ਜਾਂਦੇ ਹਾਂ, ਅਸੀਂ ਨਵੀਂ ਪਦਾਇਸ਼ ਹਾਸਲ ਕਰਦੇ ਹਾਂ. The Bible says, ਖੁਦਾ ਦਾ ਕਲਾਮ ਦੱਸਦਾ ਹੈ that it is now no longer I that live. It is now no longer I that live. ਖੁਦਾ ਦਾ ਕਲਾਮ 'ਚ ਖੁਦਾ ਦਾ ਬੰਦਾ ਕਹਿੰਦਾ ਹੈ ਕਿ ਹੁਣ ਮੈਂ ਜ਼ਿੰਦਾ ਨਹੀਂ ਰਿਹਾ, Christ that lives in me. ਬਲਕਿ ਯਿਸੂ ਮਸੀਹ ਮੇਰੇ 'ਚ ਜ਼ਿੰਦਾ ਹੈ. We put God first in us to those that love him. ਜਿਹੜੀ ਉਹਨੇ ਉਹਨਾਂ ਨਾਲ ਵਾਅਦਾ ਕੀਤੀ ਹੈ ਜਿਨ੍ਹਾਂ ਨਾਲ ਉਹ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ. So praise be to God. ਸੋ ਖੁਦਾ ਦੀ ਤਾਰੀਫ ਹੋਏ ਜਿਹੜਾ ਸਾਨੂੰ ਪਿਆਰ ਕਰਦਾ ਹੈ ਤੇ ਆਪਣੀ ਬਾਦਸ਼ਾਹੀ ਦਾ ਵਾਅਦਾ ਸਾਨੂੰ ਦਿੰਦਾ ਹੈ. In my country, ਮੇਰੇ ਮੁਲਕ 'ਚ many many people, ਬਹੁਤ ਸਾਰੇ ਇਹ ਜਿਹੇ ਲੋਕ ਨੇ think that they do not need God. ਜਿਹੜੇ ਇਹ ਸਮਝਦੇ ਨੇ ਕਿ ਸਾਨੂੰ ਖੁਦਾ ਦੀ ਕੋਈ ਜ਼ਰੂਰਤ ਨਹੀਂ, ਸਾਨੂੰ ਖੁਦਾ ਦੀ ਲੋੜ ਨਹੀਂ ਹੈ, and do not believe in God. ਤੇ ਇਸ ਲਈ ਉਹ ਖੁਦਾ ਤੇ ਇਮਾਨ ਵੀ ਨਹੀਂ ਰੱਖਦੇ. They are the ones that are truly poor. ਉਹ ਅਸਲ 'ਚ ਜਿਹੜੇ ਸਹੀ ਮਾਨਿਆਂ 'ਚ ਕਹੀਏ ਤੇ ਉਹ ਅਸਲ 'ਚ ਗਰੀਬ ਨੇ, ਅਸੀਂ ਨਹੀਂ ਜਿਹੜੇ ਇਮਾਨਦਾਰ ਹਾਂ. We all go through problems in our life. ਅਸੀਂ ਸਾਰੇ ਆਪਣੀ ਜ਼ਿੰਦਗੀਆਂ 'ਚ ਸਾਡੇ ਜ਼ਿੰਦਗੀਆਂ 'ਚ ਦੁੱਖ ਨੇ, ਦਰਦ ਨੇ, ਮੁਸੀਬਤਾਂ ਵੀ ਨੇ. And joy is not the absence of problems. ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਖੁਸ਼ ਨਹੀਂ ਹਾਂ. ਖੁਸ਼ੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿੰਦਗੀ 'ਚ ਦੁੱਖ ਦਰਦ ਨਾ ਹੋਣ. But joy is having the peace. ਬਲਕਿ ਖੁਸ਼ੀ ਦਾ ਮਤਲਬ ਇਹ ਹੈ ਕਿ ਸਾਡੇ ਦਿਲ 'ਚ ਇਤਮਿਨਾਨ ਹੋਏ, ਸਾਡੇ ਦਿਲ 'ਚ ਤਸੱਲੀ ਹੋਏ ਤੇ ਖੁਦਾ ਦੀ ਖੁਸ਼ੀ ਹੋਏ. ਇਸ ਲਈ ਅਸੀਂ ਭਾਵੇਂ ਜਿੰਨੇ ਦੇ ਵੀ ਹਾਲਾਤਾਂ 'ਚ ਗੁਜ਼ਰਦੇ ਹੋਈਏ, we are told that the sufferings in this life, ਸਾਨੂੰ ਖੁਦਾ ਦਾ ਕਲਾਮ ਇਹ ਦੱਸਦਾ ਹੈ ਕਿ ਜਿਵੇਂ ਦੇ ਵੀ ਹਾਲਾਤਾਂ 'ਚ ਅਸੀਂ ਗੁਜ਼ਰੀਏ, ਅਸੀਂ ਸਾਨੂੰ ਮੁਸੀਬਤਾਂ ਦੁੱਖਾਂ ਦੇ ਵਿੱਚ ਇਤਮਿਨਾਨ ਰੱਖਣ ਦੀ ਲੋੜ ਹੈ. ਅਸੀਂ ਇਸ ਮੁਸੀਬਤ ਨੂੰ, ਇਸ ਦੁੱਖਾਂ ਨੂੰ
ਉਸ ਜਲਾਲ ਦੇ ਨਾਲ ਨਾ ਉਹਦਾ ਮੁਆਜ਼ਨਾ ਕਰੀਏ ਜਿਹੜਾ ਸਾਨੂੰ ਆਸਮਾਨ ਤੇ ਮਿਲਣ ਵਾਲਾ ਹੈ। ਹੈਪੀਨੈਸ ਇਜ਼ ਨਾਟ ਫਾਊਂਡ ਇਨ ਮਟੀਰੀਅਲ ਥਿੰਗਸ। ਖੁਸ਼ੀ ਜਿਹੜੀ ਹੈ ਉਹ ਸਾਨੂੰ ਦੁਨਿਆਵੀ ਚੀਜ਼ਾਂ 'ਚ ਨਹੀਂ ਮਿਲਦੀ। ਕਿਉਂ? ਇਸ ਲਈ ਕਿ ਦੁਨਿਆਵੀ ਚੀਜ਼ਾਂ ਇੱਕ ਦਿਨ ਮੁੱਕ ਜਾਣੀਆਂ, ਇੱਕ ਦਿਨ ਖਤਮ ਹੋ ਜਾਣੀਆਂ ਨੇ। ਹੈਪੀਨੈਸ ਇਜ਼ ਫਾਊਂਡ ਇਨ ਅ ਪਰਸਨਲ ਰਿਲੇਸ਼ਨਸ਼ਿਪ ਵਿਦ ਜੀਸਸ। ਅਗਰ ਖੁਸ਼ੀ ਸਾਨੂੰ ਮਿਲਦੀ ਹੈ ਤੇ ਸਾਡੇ ਸ਼ਖਸੀ ਤਾਲੁਕ, ਸਾਡੇ ਸ਼ਖਸੀ ਰਿਸ਼ਤੇ ਨਾਲ ਜਿਹੜਾ ਅਸੀਂ ਖੁਦਾਵੰਦ ਯਸੂ ਮਸੀਹ ਨਾਲ ਰੱਖਨੇ ਆ, ਅਸੀਂ ਯਸੂ ਮਸੀਹ ਦੇ ਨਾਲ ਜਿਹੜਾ ਤਾਲੁਕ ਰੱਖਾਂਗੇ ਉਹਦੇ 'ਚ ਸਾਨੂੰ ਹਕੀਕੀ ਖੁਸ਼ੀ ਮਿਲਦੀ ਹੈ। ਸਾਨੂੰ ਸ਼ੁਕਰਗੁਜ਼ਾਰੀ ਦੇ ਵਸੀਲੇ ਖੁਸ਼ੀ ਮਿਲਦੀ ਹੈ। ਇਟਸ ਨਾਟ ਹੈਵਿੰਗ ਵਾਟ ਯੂ ਵਾਂਟ। ਸ਼ੁਕਰਗੁਜ਼ਾਰੀ ਇਹ ਨਹੀਂ ਹੈ, ਸ਼ੁਕਰਗੁਜ਼ਾਰੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਜੋ ਮਿਲ ਗਿਆ ਅਸੀਂ ਹੁਣ ਉਹਦੇ ਲਈ ਖੁਦਾ ਦੀ ਸ਼ੁਕਰਗੁਜ਼ਾਰੀ ਕਰੀਏ, ਬਲਕਿ ਇਹਦਾ ਮਤਲਬ ਇਹ ਕਿ ਸਾਡੇ ਕੋਲ ਜੋ ਕੁਛ ਵੀ ਹੈ ਅਸੀਂ ਉਹਦੇ ਤੇ ਖੁਸ਼ ਹਾਂ, ਇਸ ਲਈ ਖੁਦਾਵੰਦ ਤੇਰੀ ਸ਼ੁਕਰਗੁਜ਼ਾਰੀ ਕਰਨੀ। ਉਹ ਲੋਕ ਜਿਹੜੇ ਅਮੀਰ ਨੇ ਉਹ ਕਦੀ ਉਹਨਾਂ ਕੋਲ ਇਤਮਿਨਾਨ ਨਹੀਂ ਹੁੰਦਾ, ਉਹ ਹਮੇਸ਼ਾ ਕਿਸੇ ਨਾ ਕਿਸੇ ਤੱਗੋ ਦੋ ਚ ਕੋਸ਼ਿਸ਼ ਚ ਲੱਗੇ ਰਹਿੰਦੇ ਨੇ। ਉਹ ਚਾਹੁੰਦੇ ਨੇ ਕਿ ਨਵੀਂ ਕਾਰ ਮਿਲ ਜੇ, ਇਸ ਤੋਂ ਵੀ ਵੱਡਾ ਘਰ ਸਾਨੂੰ ਮਿਲ ਜੇ, ਉਹ ਸਾਡੇ ਕੋਲ ਸੋਨਾ ਚਾਂਦੀ ਹੀਰੇ ਜਵਾਹਰ ਹੋਣ, ਤੋ ਇਸ ਕੋਸ਼ਿਸ਼ ਚ ਲੱਗੇ ਹੀ ਰਹਿੰਦੇ ਨੇ। ਇਸ ਲਈ ਉਹਨਾਂ ਨੂੰ ਇਤਮਿਨਾਨ ਨਹੀਂ ਹੁੰਦਾ ਤੇ ਉਹ ਇਹਨਾਂ ਚੀਜ਼ਾਂ 'ਚ ਜਿਹੜੀਆਂ ਜਿਨ੍ਹਾਂ ਦੀ ਕੋਈ ਕਦਰ ਨਹੀਂ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੀ ਕੋਈ ਹੈਸੀਅਤ ਨਹੀਂ, ਜਿਨ੍ਹਾਂ ਨੇ ਇੱਕ ਦਿਨ ਖਤਮ ਹੁੰਦਾ ਹੈ, ਇਹਨਾਂ ਦੇ ਪਿੱਛੇ ਹੀ ਭੱਜਦੇ ਰਹਿੰਦੇ ਨੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇੱਕ ਵਕਤ ਆਉਣ ਵਾਲਾ ਹੈ ਜਿੱਥੇ ਅਬਦੀ ਜ਼ਿੰਦਗੀ ਜਾਂ ਅਬਦੀ ਮੌਤ ਆਉਣ ਵਾਲੀ ਹੈ ਤੇ ਸਾਡੀ ਇਹ ਜਿਹੜੀ ਥੋੜੇ ਜਿਹੇ ਦਿਨਾਂ ਦੀ ਜ਼ਿੰਦਗੀ ਹੈ ਇਹਦੇ ਵਿੱਚ ਅਸੀਂ ਜੋ ਕੁਝ ਵੀ ਕਰਾਂਗੇ ਉਹ ਸਾਡੇ ਅਮਾਲ ਜਾਂ ਕਿਰਦਾਰ ਜਾਂ ਕੰਮ ਇਹ ਦੱਸਣਗੇ ਕਿ ਸਾਡੀ ਆਉਣ ਵਾਲੀ ਜਿਹੜੀ ਅਬਦੀ ਜ਼ਿੰਦਗੀ ਹੈ ਉਹ ਕਿਵੇਂ ਦੀ ਹੋਏਗੀ, ਮੌਤ 'ਚ ਜਾਂ ਹਮੇਸ਼ਾ ਦੀ ਜ਼ਿੰਦਗੀ 'ਚ। ਇਸ ਲਈ ਇਸ ਦੁਨੀਆਂ ਤੇ ਜਿਹੜੀ ਇੱਕ ਚੀਜ਼ ਸਾਡੇ ਲਈ ਅਹਿਮ ਹੋਣੀ ਚਾਹੀਦੀ ਹੈ, ਸਾਡੇ ਲਈ ਕਦਰ ਵਾਲੀ ਹੋਣੀ ਚਾਹੀਦੀ ਹੈ ਜਾਂ ਸਾਨੂੰ ਜਿਹਦੀ ਪਰੇਸ਼ਾਨੀ ਹੋਣੀ ਚਾਹੀਦੀ ਹੈ ਉਹ ਇਹ ਕਿ ਸਾਡਾ ਯਸੂ ਦੇ ਨਾਲ ਰਿਸ਼ਤਾ ਤੇ ਤਾਲੁਕ ਕਿਵੇਂ ਦਾ ਹੈ। ਖੁਦਾਵੰਦ ਯਸੂ ਮਸੀਹ ਦੇ ਨਾਲ ਅਸੀਂ ਜਦੋਂ ਚੱਲਦੇ ਹਾਂ ਤੇ ਸਾਡੀ ਮਦਦ ਕਰਨ ਲਈ ਸਾਨੂੰ ਖੁਦਾ ਦਾ ਰੂਹ ਕੁਦਸ ਦਿੱਤਾ ਗਿਆ ਹੈ ਜਿਹਨੂੰ ਮਦਦਗਾਰ ਖੁਦਾ ਦਾ ਕਲਾਮ ਦੱਸਦਾ ਹੈ, ਜਿਹਨੂੰ ਖੁਦਾ ਦਾ ਕਲਾਮ ਦੱਸਦਾ ਹੈ ਕਿ ਉਹ ਤੁਹਾਡੀ ਮਦਦ ਕਰਨ ਵਾਲਾ ਹੈ, ਉਹ ਸਾਨੂੰ ਤਸੱਲੀ ਦੇਣ ਵਾਲਾ ਹੈ ਤੇ ਉਹ ਸਾਡੀ ਰਾਹਨੁਮਾਈ ਕਰਦਾ ਹੈ, ਸਾਡੇ ਅੱਗੇ ਅੱਗੇ ਚੱਲਦਾ ਹੈ ਤਾਂ ਕਿ ਸਾਨੂੰ ਸੱਚਾਈ ਤੱਕ ਪਹੁੰਚਾ ਦੇਵੇ। ਸਾਨੂੰ ਦੱਸਿਆ ਗਿਆ, ਖੁਦਾ ਦਾ ਕਲਾਮ ਦੱਸਦਾ ਕਿ ਜਦੋਂ ਸਾਨੂੰ ਖੁਦਾ ਦਾ ਰੂਹ ਮਿਲਦਾ ਹੈ ਅਸੀਂ ਆਸਮਾਨੀ ਕੁਦਰਤ ਨੂੰ ਆਪਣੇ ਅੰਦਰ ਮਹਿਸੂਸ ਕਰਨੇ ਆ। ਜਦੋਂ ਖੁਦਾ ਦਾ ਰੂਹ ਸਾਨੂੰ ਮਿਲਦਾ ਹੈ ਸਾਨੂੰ ਆਸਮਾਨ ਤੋਂ ਕੁਦਰਤ ਤੇ ਕੁਵਤ ਮਿਲਦੀ ਹੈ ਤੇ ਅੱਜ ਤੁਸੀਂ ਉਸ ਕੁਦਰਤ ਨੂੰ ਉਸ ਕੁਵਤ ਨੂੰ ਇੱਥੇ ਵੀ ਵੇਖੋਗੇ। In the Greek, that word for power was dunamis. ਯੂਨਾਨੀ ਜ਼ੁਬਾਨ 'ਚ ਜਿਹੜੀ ਨਵੇਂ ਐਦਨਾਮੇ ਦੀ ਅਸਲ ਜ਼ੁਬਾਨ ਹੈ ਉਹਦੇ ਵਿੱਚ ਜਿਹੜੀ ਕੁਵਤ, ਕੁਦਰਤ, ਤਾਕਤ ਵਾਸਤੇ ਲਫ਼ਜ਼ ਇਸਤੇਮਾਲ ਹੋਇਆ ਉਹ ਹੈ ਡੂਨਾਮਿਸ, where we get the translation dynamite. ਜਿੱਥੋਂ ਤੁਸੀਂ ਡਾਇਨਾਮਾਈਟ ਸੁਣਿਆ ਲਫ਼ਜ਼ ਡਾਇਨਾਮਾਈਟ, ਉਹ ਜਿਹੜਾ ਇਤਮਾਕੇ ਤੁਮਕੇ ਕਰਨ ਲਈ ਇਸਤੇਮਾਲ ਹੁੰਦਾ ਉਹ ਬਾਰੂਦ, ਬਾਰੂਦ ਉੱਥੋਂ ਹੀ, ਬਾਰੂਦ ਦਾ ਲਫ਼ਜ਼ ਵੀ ਉੱਥੋਂ ਹੀ ਨਿਕਲਿਆ। When you allow the Holy Spirit in your life, ਜਦੋਂ ਤੁਸੀਂ ਖੁਦਾ ਦੇ ਪਾਕ ਰੂਹ ਨੂੰ ਆਪਣੀ ਜ਼ਿੰਦਗੀ 'ਚ ਆਉਣ ਦਿੰਦੇ ਹੋ, He changes you from within. ਤੇ ਉਹ ਤੁਹਾਨੂੰ ਅੰਦਰੋਂ ਤਬਦੀਲ ਕਰਦਾ ਹੈ। When you surrender to Him, ਜਦੋਂ ਤੁਸੀਂ ਖੁਦਾ ਦੇ ਰੂਹ ਨੂੰ ਆਪਣੀ ਜ਼ਿੰਦਗੀ ਖੁਦਾ ਦੇ ਰੂਹ ਦੇ ਸਪੁਰਦ ਕਰ ਦਿੰਦੇ ਹੋ, Anger becomes patience. ਤੇ ਜਿਹੜਾ ਗੁੱਸਾ ਹੈ ਉਹ ਤੁਹਾਡਾ ਠੰਡਾ ਹੋ ਜਾਂਦਾ ਹੈ। Fear becomes peace. ਜਿਹੜਾ ਡਰ ਹੈ ਉਹ ਤੁਹਾਡੀ ਤਸੱਲੀ 'ਚ ਬਦਲ ਜਾਂਦਾ ਹੈ। Your lust becomes holiness.
ਜਿਹੜੀ ਤੁਹਾਡੀ ਖਾਹਿਸ਼ਾਂ ਹੁੰਦੀਆਂ ਨੇ ਉਹ ਪਾਕੀਜ਼ਗੀ ਚ ਬਦਲ ਜਾਂਦੀਆਂ ਨੇ ਤੇ ਜਿਹੜਾ ਤੁਹਾਡੀ ਜ਼ਿੰਦਗੀ ਚ ਹਨੇਰਾ ਹੁੰਦਾ ਹੈ ਉਹ ਰੋਸ਼ਨੀ ਚ ਬਦਲ ਜਾਂਦਾ ਹੈ ਚਾਨਣ ਚ ਬਦਲ ਜਾਂਦਾ ਹੈ ਤੇ ਜਿਹੜੀ ਤੁਹਾਡੀ ਜ਼ਿੰਦਗੀ ਚ ਸ਼ਿਕੰਜੇ ਨੇ ਜਕੜੇ ਨੇ ਕੈਦ ਤੁਹਾਡੀ ਜ਼ਿੰਦਗੀ ਜਿਹੜੀ ਕੈਦ ਵਿੱਚ ਉਹ ਆਜ਼ਾਦ ਹੋ ਜਾਂਦੀ ਹੈ ਲੇਕਿਨ ਉਹਦੇ ਵਾਸਤੇ ਇਹਨੇ ਸਾਰੀਆਂ ਸ਼ੈਵਾਂ ਵਾਸਤੇ ਤੁਹਾਨੂੰ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਖੁਦਾ ਦੇ ਸਪੁਰਦ ਕਰ ਦਿਓ ਅਗਰ ਤੁਹਾਡੇ ਅੰਦਰੋਂ ਮੈਂ ਨਹੀਂ ਜਾਏਗੀ ਤੇ ਖੁਦਾ ਦਾ ਰੂਹ ਤੁਹਾਡੇ ਅੰਦਰ ਨਹੀਂ ਆ ਸਕਦਾ ਆਪਣੇ ਅੰਦਰੋਂ ਮੈਂ ਕੱਢੋ ਤਾਂ ਕਿ ਖੁਦਾ ਦਾ ਰੂਹ ਤੁਹਾਡੇ ਅੰਦਰ ਆ ਸਕੇ ਅਗਰ ਤੁਸੀਂ ਖੁਦ ਯਸੂ ਮਸੀਹ ਦੇ ਨਾਂ ਚ ਆਸਮਾਨੀ ਬਾਪ ਨੂੰ ਖੁਦਾ ਬਾਪ ਨੂੰ ਪੁਕਾਰੋਗੇ I ask for the infilling of the Holy Spirit. ਤੇ ਖੁਦਾਵੰਦ ਯਿਸੂ ਮਸੀਹ ਕਹਿੰਦਾ ਕਿ ਅਸੀਂ ਅਗਰ ਤੁਸੀਂ ਬਾਪ ਕੋਲੋਂ ਮੇਰੇ ਨਾਂ ਤੇ ਮੰਗੋਗੇ ਤਾਂ ਉਹ ਤੁਹਾਨੂੰ ਆਪਣਾ ਰੂਹ ਕੁਦਸ ਦੇਗਾ You say, God, I want that gift. ਤੁਸੀਂ ਕਹਿ ਸਕਦੇ ਹੋ ਕਿ ਖੁਦਾਵੰਦ ਸਾਨੂੰ ਪਾਕ ਰੂਹ ਦੇ ਮੈਨੂੰ ਸਾਨੂੰ ਇਹ ਨਿਮਤ ਦੇ It is simple, but it is not easy. ਇਹ ਬੜੀ ਗੱਲ ਸੁਣਨ ਚ ਤੇ Lucy, my son. Lucy, my son.
So here we are at the Brick Kilns. We've just had a service there. They're distributing some food to the poor. As you can see around, the living conditions are less than ideal. There's the Brick Kilns back there. I'll just go for a bit of a wander around here. We had a turnout of around 200 people. We've had some salvations, people come to the Lord. We've had many, many healings and deliverances. I was praying for people for about 3 hours. So as you can see in the background, that's where all the bricks that they make. Such a poor, poor community. But I've got to tell you, they were so hungry for things of the Lord. So hungry. One of the pastors there. Yeah, God bless you all. This is the fruits of the donations, all the help that you've been given. It's so appreciated by these people. They're so gracious and just so grateful for everything that's being done for them. God bless you guys. Thank you.